ਐਮੀਵਿਕ ਤੇ ਤਾਨੀਆ ਦੀ ਜੋੜੀ ਮੁੜ 4 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਧਮਾਲ ਮਚਾਉਣ ਲਈ ਬਿਲਕੁਲ ਤਿਆਰ ਹੈ। ਓਏ ਮੱਖਣਾ ਫਿਲਮ ਆ ਰਹੀ ਹੈ ਤੇ ਪ੍ਰੋਮੋਸ਼ਨ ਫਿਲਮ ਦੇ ਲਗਾਤਾਰ ਜ਼ੋਰਾਂ ਤੇ ਹੈ। ਕਦੇ ਸੋਸ਼ਲ ਮੀਡੀਆ ਸਾਈਟਸ ਤੇ ਤਾਂ ਫਿਰ ਕਦੇ ਸਟਾਰਕਾਸਟ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਲਗਾਤਾਰ ਫਿਲਮ ਨਾਲ ਜੁੜੀਆਂ ਅਪਡੇਟਸ ਵੀ ਸ਼ੇਅਰ ਕਰ ਰਹੀ ਹੈ ਤੇ ਹੁਣ ਸਟਾਰਕਾਸਟ ਦੀ ਲਗਾਤਾਰ ਸ਼ੇਅਰ ਹੋ ਰਹੀ ਵੀਡੀਓਜ਼ ਫੋਟੋਜ਼ ਨੂੰ ਫੈਨਸ ਬਹੁਤ ਜ਼ਿਆਦਾ ਪਿਆਰ ਕਰ ਰਹੇ ਨੇ ਤੇ ਲਗਾਤਾਰ ਇੰਤਜ਼ਾਰ ਕਰ ਰਹੇ ਨੇ 4 ਨਵੰਬਰ ਦਾ। 4 ਨਵੰਬਰ ਨੂੰ ਆਣੀ ਹੈ ਫਿਲਮ ਓਏ ਮੱਖਣਾ। ਓਏ ਮੱਖਣਾ ਦੇ ਵਿੱਚ ਸਾਨੂੰ ਮੁੜ ਇੱਕ ਵਾਰ ਫੇਰ ਤਾਨੀਆ ਤੇ ਐਮੀ ਵਿਰਕ ਦੀ ਜੋੜੀ ਦੇਖਣ ਨੂੰ ਮਿਲੂਗੀ। ਐਕਚੁਅਲੀ ਅੱਜ ਹੋਇਆ ਇਹ ਕਿ ਐਮੀ ਵਿਰਕ ਨੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਹੈਂਡਲ ਤੇ ਫਿਲਮ ਦੀ ਪ੍ਰਮੋਸ਼ਨ ਲਈ ਜੀ ਲਾਈਵ ਸੈਸ਼ਨ ਸਟਾਰਟ ਕਰਤਾ ਤੇ ਐਮੀ ਵਿਰਕ ਦੇ ਨਾਲ ਤਾਨੀਆ ਜੁੜੇ ਤੇ ਨਾਲ ਹੀ ਉਹਨਾਂ ਦੇ ਫੈਨਸ ਵੀ ਲਗਾਤਾਰ ਜੁੜ ਰਹੇ ਸੀਗੇ, ਕਨੈਕਟ ਹੋ ਰਹੇ ਸੀ ਤੇ ਲਾਈਵ ਸੈਸ਼ਨ ਦੇ ਦੌਰਾਨ ਉਹਨਾਂ ਨੇ ਗਾਣਾ ਗਾਣਾ ਸ਼ੁਰੂ ਕਰਤਾ ਤੇ ਫੈਨਸ ਦੇ ਡਿਮਾਂਡ ਨੂੰ ਦੇਖਦੇ ਐਮੀ ਵਿਰਕ ਨੇ ਗਾਣਾ ਵੀ ਗਾਇਆ ਤੇ ਗਾਣੇ ਦੇ ਨਾਲ ਨਾਲ ਤਾਨੀਆ ਵੀ ਲਗਾਤਾਰ ਉਹਨਾਂ ਨੂੰ ਦੇ ਰਹੇ ਸੀ ਕੰਪਨੀ ਤੇ ਲਗਾਤਾਰ ਕੰਪਨੀ ਦਿੰਦੇ ਹੋਏ ਤਾਨੀਆ ਨੂੰ ਐਮੀ ਵਿਰਕ ਨੇ ਕਰਾਤਾ ਚੁੱਪ, ਕਹਿੰਦੇ ਚੁੱਪ ਹੋ ਖਰਾਬ ਨਾ ਕਰ ਤੇ ਤਾਨੀਆ ਜੀ ਹੋ ਗਏ ਫਿਰ ਚੁੱਪ ਤੇ ਲਾਈਵ ਸੈਸ਼ਨ ਦੇ ਦੌਰਾਨ ਇਹ ਜਿਹੜੀ ਕੈਮਿਸਟਰੀ ਹੈ ਨੋਕ ਚੋਕ ਵੀ ਕਿਤੇ ਨਾ ਕਿਤੇ ਫੈਨਸ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ। ਪ੍ਰਮੋਸ਼ਨ ਦੇ ਸਿਲਸਿਲੇ 'ਚ ਬੀਤੇ ਦਿਨੀ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਐਮੀ ਵਿਰਕ ਨੇ ਤਾਨੀਆ ਨਾਲ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ। ਐਮੀ ਵਿਰਕ ਨੇ ਜਿੱਥੇ ਫਿਲਮ ਦਾ ਗੀਤ ਚੰਨ ਸਤਾਰੇ ਲਾਈਵ ਗਾਇਆ ਉੱਥੇ ਹੀ ਫਿਲਮ 'ਚ ਕਾਫੀ ਸਾਰੀਆਂ ਮਜ਼ੇਦਾਰ ਚੀਜ਼ਾਂ ਹਨ ਜੋ ਤੁਹਾਨੂੰ ਦੇਖ ਕੇ ਹਾਸਾ ਆਵੇਗਾ, ਇਹ ਕਹਿਣਾ ਹੈ ਜੀ ਐਮੀ ਵਿਰਕ ਦਾ। ਤੁਹਾਡੇ ਤੇ ਤੁਹਾਡੇ ਪੂਰੇ ਪਰਿਵਾਰ ਦਾ ਮਨੋਰੰਜਨ ਹੋਵੇਗਾ, ਐਮੀ ਵਿਰਕ ਨੇ ਆਪਣੇ ਲਾਈਵ ਸੈਸ਼ਨ ਦੌਰਾਨ ਕਿਹਾ। ਐਮੀ ਨੇ ਇਹ ਵੀ ਦੱਸਿਆ ਕਿ ਫਿਲਮ ਪਿੱਛੇ ਕਾਫੀ ਮਿਹਨਤ ਲੱਗੀ ਹੈ, ਉਹ ਹਮੇਸ਼ਾ ਕੁਝ ਵੱਖਰਾ ਕਰਨ ਦੀ ਸੋਚਦੇ ਹਨ ਤੇ ਇਸ ਵਾਰ ਵੀ ਵੱਖਰਾ ਕਨਸੈਪਟ ਹੈ ਤੇ ਵੱਖਰੇ ਢੰਗ ਦੇ ਨਾਲ ਉਹ ਇਸ ਵਾਰ ਫੈਨਸ ਨੂੰ ਐਂਟਰਟੇਨ ਕਰਨਗੇ। ਉੱਥੇ ਹੀ ਲਾਈਵ ਸੈਸ਼ਨ ਦੌਰਾਨ ਉਹਨਾਂ ਨੇ ਆਪਣੀ ਮਨ ਦੀ ਵੀ ਗੱਲ ਕੀਤੀ ਹੈ। ਮਨ ਦੀ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਹਰਜੀਤਾ ਵਰਗੀ ਵੱਖਰੇ ਤਰ੍ਹਾਂ ਦੀ ਫਿਲਮ ਜਦ ਸਿਨੇਮਾ ਘਰਾਂ 'ਚ ਨਹੀਂ ਚੱਲਦੀ ਤਾਂ ਮਨ ਨੂੰ ਦੁੱਖ ਵੀ ਹੁੰਦਾ ਹੈ। ਓਏ ਮੱਖਣਾ ਫਿਲਮ ਦੀ ਕਹਾਣੀ ਰਕੇਸ਼ ਧਵਨ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਕੀਤਾ ਹੈ ਜੀ ਸਿਮਰਨਜੀਤ ਸਿੰਘ ਨੇ। ਫਿਲਮ 'ਚ ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਮੁੱਖ ਭੂਮਿਕਾ ਨਿਭਾ ਰਹੇ ਨੇ ਤੇ ਨਾਲ ਹੀ ਬਹੁਤ ਸਾਰੇ ਸਟਾਰ ਕਾਸਟ ਇਹਦੇ ਵਿੱਚ ਆਪਣੀ ਮਿਹਨਤ ਕਰਦੇ ਹੋਏ ਨਜ਼ਰ ਆਉਣ ਵਾਲੇ ਨੇ। ਸੋ ਓਏ ਮੱਖਣਾ ਦੀ ਪ੍ਰਮੋਸ਼ਨ ਲਗਾਤਾਰ ਜ਼ੋਰਾਂ ਤੇ ਹੈ। ਐਮੀ ਤੇ ਤਾਨੀਆ ਦੇ ਲਾਈਵ ਸੈਸ਼ਨ ਦੀ ਜਿਹੜੀ ਵੀਡੀਓ ਹੈ ਲਗਾਤਾਰ ਵਾਇਰਲ ਵੀ ਹੋ ਰਹੀ ਹੈ ਤੇ ਐਮੀ ਨੇ ਚੁੱਪ ਕਿਉਂ ਕਰਾਇਆ ਤਾਨੀਆ ਨੂੰ, ਇਹ ਸਵਾਲ ਸਾਰੇ ਦੇ ਮਨ 'ਚ ਸੀਗਾ, ਉਹਦਾ ਜਵਾਬ ਵੀ ਆ ਗਿਆ ਜੀ। ਹੁਣ ਤੁਸੀਂ ਕਿੰਨੇ ਕੁ ਬੇਸਬਰ ਹੋ ਓਏ ਮੱਖਣਾ ਲਈ, ਕਮੈਂਟ ਸੈਕਸ਼ਨਾਂ ਦੇ ਵਿੱਚ ਲਿਖ ਕੇ ਦੱਸੋ ਤੇ ਦੇਖਦੇ ਰਹੋ ਦੇਸੀ ਚੰਨ। ਚੰਨ ਸਿਤਾਰੇ ਕੀ ਕਰਨੇ, ਉਹ ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ।